ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਪਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਅਚਾਨਕ ਮੋਰਿੰਡਾ ਸਿਵਲ ਹਸਪਤਾਲ ਵਿਖੇ ਪੁੱਜ ਗਏ। ਉੱਥੇ ਉਹਨਾਂ ਵੱਲੋਂ ਹਰੇਕ ਚੀਜ਼ ਦੀ ਚੈਕਿੰਗ ਕੀਤੀ, ਡਾਕਟਰਾਂ ਨਾਲ ਗੱਲਬਾਤ ਕੀਤੀ, ਹਾਲ ਰਜਿਸਟਰ ਚੈੱਕ ਕੀਤੇ ਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਸਫਾਈ ਦਾ ਧਿਆਨ ਰੱਖਣ ਦੀਆਂ ਵੀ ਹਦਾਇਤਾਂ ਕੀਤੀਆਂ। ਉੱਥੋਂ ਸੁਣਾਉਂਦੇ ਹਾਂ ਇਸ ਮੌਕੇ ਕੀ ਕਹਿ ਰਹੇ ਨੇ ਆਪ ਵਿਧਾਇਕ ਡਾਕਟਰ ਚਰਨਜੀਤ ਸਿੰਘ। ਕੁਛ ਤਕਰੀਬਨ 20 ਦੇ ਕਰੀਬ ਕੇਸ ਜਿਹੜੇ ਹੈ, ਖਾਸ ਤੌਰ ਤੇ ਆਪਣਾ ਜਿਹੜਾ ਜੋਗੀਆਂ ਦਾ ਮਹੱਲ ਹੈ, ਉੱਥੋਂ ਤਕਰੀਬਨ 20 ਕੇਸ ਜਿਹੜੇ ਆਏ ਆ ਹੋਸਪਿਟਲ 'ਚ, ਜੋ ਕਿ ਉਹਨਾਂ ਲੂਜ਼ ਮੋਸ਼ਨ ਲੱਗੇ ਤੇ ਕਈਆਂ ਨੂੰ ਉਲਟੀਆਂ ਵੀ ਹੈ, ਔਰ ਉਸ ਤੋਂ ਬਾਅਦ ਟੈਸਟ ਵਗੈਰਾ ਕੀਤੇ ਗਏ, ਔਰ ਕਈਆਂ ਦਾ ਜੋ ਸਿਮਟਮ ਹੈ ਉਹ ਤੋਂ ਲੱਗਦਾ ਵੀ ਕੋਲਰਾ ਦੇ ਕੁਛ ਕੇਸਿਸ ਸੀਗੇ, ਕਨਫਰਮ ਵੀ ਹੋਏ ਆ ਮੇਰੇ ਨਾਲ 2-3, ਅਤੇ ਉਹਨਾਂ ਸਾਰਿਆਂ ਦਾ ਇਲਾਜ ਇੱਥੇ ਚੱਲ ਰਿਹਾ। ਤਕਰੀਬਨ 20 ਕੇਸ ਨੇ, ਸਾਰੇ ਸਟੇਬਲ ਨੇ, ਔਰ 4 ਹੁਣ ਆਪਾਂ ਅੱਜ ਹੁਣ 1 ਡਿਸਚਾਰਜ ਹੋ ਚੁੱਕਾ, 3 ਹੋਰ ਹੈ ਉਹ ਵੀ ਡਿਸਚਾਰਜ ਕਰ ਦਾਂਗੇ। ਹਰ ਤਰ੍ਹਾਂ ਦੀ ਜਿਹੜੀ ਮੈਡੀਸਨ ਅਵੇਲੇਬਲ ਹੈ, ਡਾਕਟਰਸ 24 ਘੰਟੇ ਅਵੇਲੇਬਲ ਨੇ, SMO ਸਾਹਿਬ ਮੇਰੇ ਕੋਲ ਬੈਠੇ ਨੇ, ਟੀਮ ਪੂਰਾ ਟੀਮ ਵਰਕ ਠੀਕ, SDM ਸਾਹਿਬ ਨੇ, PO ਸਾਹਿਬ, ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ, ਅਤੇ ਕੱਲ੍ਹ ਮੇਰੇ ਘਰ ਡਿਪਟੀ ਕਮਿਸ਼ਨਰ ਉਹਨਾਂ ਨੇ ਵੀ ਦੌਰਾ ਕੀਤਾ, ਔਰ ਅਸੀਂ ਜੋ ਵੀ ਇਹਦਾ ਜਿਹੜਾ ਮੇਨ ਕੌਜ਼ ਹੈ ਉਹ ਵੀ ਲੱਭ ਰਹੇ ਵੀ ਕਿੱਥੇ ਪ੍ਰੋਬਲਮ ਹੈ, ਕਿਉਂਕਿ ਜ਼ਿਆਦਾਤਰ ਜਿਹੜੀ ਕੋਲਰਾ ਹੈ ਇਹ ਉਦੋਂ ਫੈਲਦਾ ਜਦੋਂ ਪੀਣ ਵਾਲੇ ਪਾਣੀ ਦਾ ਸੀਵਰੇਜ ਨਾਲ ਕਿਤੇ ਲਿੰਕ ਹੁੰਦਾ, ਸੋ ਉਹ ਅਸੀਂ ਉਹਨੂੰ ਕਰ ਰਹੇ ਹਾਂ ਪਿੰਨ ਪੁਆਇੰਟ ਵੀ ਕਿੱਥੇ ਪ੍ਰੋਬਲਮ ਹੈ, ਔਰ ਉਹਦਾ ਹੱਲ ਹੋ ਜਾਏਗਾ। ਫਿਲਹਾਲ 24 ਘੰਟੇ ਲਈ ਜਿਹੜੇ ਵਾਟਰ ਸਪਲਾਈ ਉਹ ਬੰਦ ਕਰਤੀ ਗਈ ਹੈ, ਔਰ ਟੈਂਪਰੇਰੀਲੀ ਟੈਂਕਰਸ ਦੇ ਥਰੂ ਜਿੱਥੇ ਇਫੈਕਟਡ ਏਰੀਆ ਉਹਨਾਂ ਨੂੰ ਪਾਣੀ ਅਸੀਂ ਉੱਥੇ ਦੇ ਰਹੇ ਹਾਂ, ਸੋ ਕਿਸੇ ਤਰ੍ਹਾਂ ਦੀ ਕੋਈ ਅਲਾਰਮਿੰਗ ਸਿਚੁਏਸ਼ਨ ਨਹੀਂ ਹੈ, ਕੋਈ ਵਰੀ ਕਰਨ ਵਾਲੀ ਸਿਚੁਏਸ਼ਨ ਨਹੀਂ, ਸਭ ਕੁਛ ਅੰਡਰ ਕੰਟਰੋਲ ਹੈ। ਅਤੇ ਮੈਂ ਇਹ ਵੀ ਹਦਾਇਤਾਂ ਦੇਤੀਆਂ ਵੀ ਆਪਾਂ ਹੋਰ ਵੀ ਇਕੱਲਾ 1-2 ਵਾਰਡ ਨਹੀਂ, ਸਾਰੇ ਮੋਰਿੰਡੇ 'ਚ ਜਿਹੜਾ ਹੈਗਾ ਸਾਰੇ ਸੀਵਰੇਜ ਦਾ ਔਰ ਵਾਟਰ ਸਪਲਾਈ ਦਾ ਅਸੀਂ ਚੈੱਕ ਕਰਾਂਗੇ ਵੀ ਕਿਤੇ ਲੀਕੇਜ ਵਗੈਰਾ ਤਾਂ ਨਹੀਂ, ਔਰ ਅਗਰ ਕਿਤੇ ਪ੍ਰੋਬਲਮ ਹੈ ਤਾਂ ਉਹਨੂੰ ਨਾਲ ਦੀ ਨਾਲ ਹੱਲ ਕਰਾਂਗੇ।